ਸਰਵੋਂ ਦੇ ਵਿੱਚ ਆਖਰੀ ਟਾਈਮ ਤੇ ਕੁਝ ਸਮੱਸਿਆ ਆ ਰਹੀਆਂ ਨੇ ਇੱਧਰ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਤੇਲਾ ਇਸ ਜਗ੍ਹਾ ਤੇ ਆ ਗਿਆ ਤੇ ਜਦੋਂ ਤੇਲੇ ਦੀ ਮਾਤਰਾ ਬਹੁਤ ਜ਼ਿਆਦੀ ਹੋ ਜਾਂਦੀ ਹੈ ਤਾਂ ਫਿਰ ਕੁਝ ਇਸ ਤਰ੍ਹਾਂ ਦੇ ਜਿਹੜੇ ਲੱਛਣ ਸਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਨੇ ਜਿਹੜੀਆਂ ਉਹ ਫਲੀਆਂ ਦਾ ਜਿਹੜਾ ਰਸ ਚੂਸ ਜਾਂਦਾ ਜਾਂ ਨੁਕਸਾਨ ਕਰਦਾ ਕੁਝ ਜਗ੍ਹਾ ਤੇ ਜਿਹੜੀ ਆ ਸੁੰਡੀ ਦੀ ਸਮੱਸਿਆ ਵੀ ਆ ਰਹੀ ਹੈ ਹੁਣ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਤੇ ਇਹ ਇੱਥੇ ਮੁੱਖ ਤੌਰ ਤੇ ਕਿਉਂਕਿ ਜੇ ਆਪਾਂ ਕੋਈ ਗਲਤ ਸਪਰੇਅ ਕਰਤੀ ਤਾਂ ਸਾਡਾ ਫਾਇਦੇ ਨਾਲੋਂ ਜ਼ਿਆਦਾ ਉਹਨੇ ਨੁਕਸਾਨ ਕਰਦਣਾ ਇਹ ਸਾਰੀਆਂ ਗੱਲਾਂ ਪਾ ਤੁਹਾਡੇ ਨਾਲ ਇਸ ਵੀਡੀਓ 'ਚ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੇਖ ਰਤਾ ਪੇਜ ਨੂੰ ਲਾਈਕ ਕਰ ਤੇ ਫੋਲੋ ਜਰੂਰ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਵੀਆਂ ਵੀਡੀਓਜ਼ ਆ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਹੁਣ ਇਸ ਟਾਈਮ ਤੇ ਜਿਹੜੀ ਆਪਾਂ ਸਪਰੇਅ ਕਰਨੀ ਹੈ ਜੀ ਤੁਸੀਂ ਉਸ ਗੱਲ ਦਾ ਧਿਆਨ ਰੱਖਿਓ ਵੀ ਮੱਛਰ ਤੇਲੇ ਵਾਲੀ ਕੋਈ ਵੀ ਸਪਰੇਅ ਲੈਣੀ ਹੈ ਬਟ ਉਹਦਾ ਸਪਰੇਅ ਦਾ ਲੈਵਲ ਜਿਹੜਾ ਗ੍ਰੀਨ ਹੋਣਾ ਚਾਹੀਦਾ ਜੀ ਗ੍ਰੀਨ ਲੈਵਲ ਪੈਸਟੀਸਾਈਡ ਜਿਹੜੀ ਕਿ ਆਪਣੀ ਮੱਖੀਆਂ ਨੂੰ ਮਧੂ ਮੱਖੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਕਿਉਂਕਿ ਇੱਧਰ ਉੱਪਰ ਹਾਲੇ ਤੁਸੀਂ ਦੇਖ ਲਓ ਕਿ ਇੱਧਰ ਜਿਹੜਾ ਫਲੀਆਂ ਬਣਨ ਵਾਲੀਆਂ ਨੇ ਜੇ ਆਪਾਂ ਇੱਥੇ ਕੋਈ ਐਸੀ ਸਪਰੇਅ ਕਰਦੇ ਆ ਜਿਹੜੀ ਗ੍ਰੀਨ ਲੈਵਲ ਕੈਟਾਗਰੀ ਚ ਨਹੀਂ ਆਉਂਦੀ ਤਾਂ ਉਹਨੇ ਮਧੂਮੱਖੀਆਂ ਦਾ ਜਿਹੜਾ ਨੁਕਸਾਨ ਉਹ ਕਰ ਦੇਣਾ ਹੈ ਜੀ ਮੱਖੀਆਂ ਦਾ ਨੁਕਸਾਨ ਉਹਨੇ ਕਰ ਦੇਣਾ ਜ ਜਿਹਨੂੰ ਮੱਖੀਆਂ ਦਾ ਨੁਕਸਾਨ ਹੋ ਗਿਆ ਤੇ ਇਹ ਵਾਲੇ ਜਿਹੜੇ ਫੁੱਲ ਬਣਨ ਵਾਲੇ ਆ ਜੀ ਇਹਨਾਂ ਦੀ ਪੋਲੀਨੇਸ਼ਨ ਜਿਹੜੀ ਉਹ ਪ੍ਰਭਾਵਿਤ ਹੋ ਜਣੀ ਹੈ ਜੇ ਪੋਲੀਨੇਸ਼ਨ ਪ੍ਰਭਾਵਿਤ ਹੋ ਗਈ ਤਾਂ ਆਟੋਮੈਟਿਕਲੀ ਇਹਨਾਂ ਦੀਆਂ ਫਲੀਆਂ ਦੇ ਫਲ ਨਹੀਂ ਬਣਨੇ ਤਾਂ ਸਾਡਾ ਕਿਹੜਾ ਵਜਨ ਘਟ ਜਾਣਾ ਜੀ ਇਹ ਪਛੇਤੀਆਂ ਥੋੜੀਆਂ ਜਿਹੀ ਸਰੋਂ ਵਾਲੀ ਕੈਟਾਗਰੀ ਲਈ ਮੈਂ ਦੱਸ ਰਿਹਾ ਹਾਂ ਜੀ ਅੱਗੇ ਇਤੀਆਂ ਸਰੋਂ ਕੁਝ ਜਗ੍ਹਾ ਦੇ ਤੱਕ ਕਟਾਈ ਜਿਹੜੀ ਉਹ ਸ਼ੁਰੂ ਵੀ ਹੋ ਗਈ ਹੈ ਤਾਂ ਉੱਥੇ ਉਜੇ ਇਹ ਚ ਜਿਹੜੀਆਂ ਫੁੱਲ ਦਿਖ ਰਹੇ ਆ ਤੇ ਇਹਨੀਆਂ ਫਲੀਆਂ ਬਾਣਨੀਆਂ ਬਾਕੀਆਂ ਇਸ ਮੌਕੇ ਤੇ ਤੁਸੀਂ ਜਿਵੇਂ ਆਪਣੇ ਕੁਝ ਫਾਰਮਰਾਂ ਨੇ ਐਕਸਪੈਰੀਮੈਂਟ ਕੀਤੇ ਵੀ ਆ ਜੀ ਜਾਂ ਮੈਂ ਆਪਣੀਆਂ ਪਿਛਲੀਆਂ ਕਾਫੀ ਵੀਡੀਓ ਚ ਜ਼ਿਕਰ ਕੀਤਾ ਸੀ ਕਿ ਇਸ ਟਾਈਮ ਤੇ ਜਿਹੜਾ ਥੋੜਾ ਜਿਹਾ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਸਰੋ ਇਥੋਂ ਥੋੜੀਆਂ ਜੀਆਂ ਪਹਿਲਾਂ ਵਾਲੇ ਫੁੱਲ ਜ਼ਿਆਦਾ ਹੈਗੇ ਆ ਉਹ ਟੈਬੂਕੋਨਾਜ਼ੋਲ ਪਲਸ ਸਲਫਰ ਦੀ ਇੱਕ ਸਪਰੇ ਜਿਹੜੀ ਇੱਥੇ ਜ਼ਰੂਰ ਕਰ ਦੇਣ ਇੱਕ ਜਾਂ ਦੋ ਉਹਦੇ ਨਾਲ ਜਿਹੜਾ ਇਹ ਫਲੀ ਆ ਜੀ ਉਹਦੇ ਨਾਲ ਇਹ ਵਾਲੀਆਂ ਫਲੀਆਂ ਦੇ ਦਾਣੇ ਜਿਹੜੇ ਦਾਣੇ ਦਾ ਵਜ਼ਨ ਵੱਜ ਜਾਂਦਾ ਹੈ ਫਲੀਆਂ ਮੋਟੀਆਂ ਹੋ ਜਾਂਦੀਆਂ ਨੇ ਤਾਂ ਆਟੋਮੈਟਿਕਲੀ weight ਵੱਜ ਜਾਂਦਾ ਹੈ ਜੀ ਉਹਦੇ ਸਾਨੂੰ ਬਹੁਤ ਸੋਹਣੇ ਰਿਜ਼ਲਟ ਮਿਲਦੇ ਹੈ ਟੈਬੂਕਨ ਅਜੋਲ ਪਲੱਸ ਸਲਫਰ ਦੇ ਦੋ ਦੋ ਸਪਰੇਅ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਹੁਣ ਤੇਲ ਲਈ ਇੱਥੇ ਤੁਸੀਂ ਕੋਈ ਵੀ ਗ੍ਰੀਨ ਲੇਬਲ ਕੈਟਾਗਰੀ ਦੀ ਸਰੋਂ ਜੜੀਓ ਚੁਣੋ ਤੇ ਜੇ ਤੁਹਾਡੇ ਖੇਤਾਂ 'ਚ ਨਾਲ ਸੁੰਡੀ ਦੀ ਸਮੱਸਿਆ ਆ ਰਹੀ ਹੈ ਕੁਝ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲਿਆ ਕਿ ਜਿੱਦਾਂ ਜੱਤਜੀ ਵਾਲੀ ਸੁੰਡੀ ਨੂੰ ਪੰਜਾਬੀ ਚ ਨਾਰਮਲ ਉਹਨੂੰ ਭੱਬੂ ਕੁੱਤਾ ਕਹਿ ਦਿੰਦੇ ਤੇ ਉਹਦੀ ਜਿਹੜੀ ਉਹੋ ਜੀ ਸਮੱਸਿਆ ਆ ਰਹੀ ਹੈ ਉਸ ਟਾਈਮ ਤੇ ਗ੍ਰੀਨ ਲੈਵਲ ਕੈਟਾਗਰੀ ਤੁਸੀਂ ਥੋੜੀਆਂ ਜਿਹੀਆਂ ਮਹਿੰਗੀ ਪਾਉਗੀ ਜੀ ਜਾਂ ਡੈਲੀਗੇਟ ਆਉਂਦੀ ਹੈ ਜੀ ਡੌ ਕੰਪਨੀ ਦੀ ਜਾਂ ਫਿਰ ਲਾਰਗੋ ਆਉਂਦੀ ਹੈ ਜੀ ਧਨੁਕਾ ਦੀ ਉਹ ਗ੍ਰੀਨ ਲੈਵਲ ਕੈਟਾਗਰੀ ਚ ਸੁੰਡੀ ਮੱਛਰ ਤੇਲਾ ਤੇ ਹਰ ਇੱਕ ਚੀਜ਼ ਨੂੰ ਖਤਮ ਕਰ ਦਿੰਦੀਆਂ ਨੇ ਪਰ ਉਹਨਾਂ ਦੀ ਰੇਂਜ ਮਹਿੰਗੀ ਆ ਕਾਫੀ ਤੇ ਜਿਹੜੇ ਤਾਂ ਵਾਤਾਵਰਣ ਪ੍ਰੇਮੀ ਉਹਨੂੰ ਵਰਤ ਸਕਦੇ ਆ ਜੀ ਤੇ ਬਾਕੀ ਜੇ ਤੁਸੀਂ ਨਹੀਂ ਤਾਂ ਕਿਸੇ ਲੋਕਲ ਦੁਕਾਨਦਾਰ ਕੇ ਡੀਲਰ ਦੀ ਸਲਾਹ ਲੈ ਕੇ ਗ੍ਰੀਨ ਲੈਵਲ ਜਿਹੜਾ ਪੈਸਟੀਸਾਈਡ ਹੈ ਗ੍ਰੀਨ ਲੈਵਲ ਇਨਸੈਕਟੀਸਾਈਡ ਉਹਦੀ ਵਰਤੋਂ ਕਰੋ ਜਿਸ ਨਾਲ ਤੁਹਾਡਾ ਤੇਲਾ ਵਗੈਰਾ ਕੰਟਰੋਲ ਹੋ ਜਾਊਗਾ ਕਿਉਂਕਿ ਤੇਲਾ ਕਿਸ ਕਈ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਮਾਤਰਾ 'ਚ ਦੇਖਣ ਨੂੰ ਮਿਲ ਰਿਹਾ ਇੱਧਰ ਦੇਖੋ ਜੀ ਜਿੰਨੀਆਂ ਵੀ ਇਹਦੀਆਂ ਕਰੁੰਬਲੀਆਂ ਨੇ ਹਰ ਇੱਕ ਕਰੁੰਬਲੀ ਤੇਲੇ ਨੇ ਖਰਾਬ ਕੀਤੀ ਹੋਈ ਆ ਤੇ ਇੱਥੇ ਨੁਕਸਾਨ ਦਾ ਦਰ ਜਿਹੜੀ ਜ਼ਿਆਦੀ ਹੈ ਜੇ ਤੁਹਾਡੇ ਖੇਤਾਂ 'ਚ ਤੇਲਾ ਬਹੁਤ ਘੱਟ ਹੈ ਤਾਂ ਫਿਰ ਤੁਸੀਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਨੰਬਰ 2 ਜੇ ਤੁਹਾਨੂੰ ਇਸ ਤਰ੍ਹਾਂ ਦੇ ਕੀੜੇ ਤੁਹਾਡੇ ਖੇਤਾਂ 'ਚ ਦਿਖ ਰਹੇ ਨੇ ਇਹ ਤੁਸੀਂ ਦੇਖੋ ਇਸ ਤਰ੍ਹਾਂ ਦੇ ਇਹ ਲੇਡੀ ਬਰਡ ਬੀਟਲ ਦਾ ਬੱਚਾ ਹੈ ਜੀ ਇਹ ਵਾਲਾ ਤਾਂ ਇਹ ਟੇਲਾ ਖਾਂਦਾ ਜੀ ਜੇ ਤੁਹਾਡੇ ਖੇਤਾਂ 'ਚ ਇਹਨਾਂ ਦੀ ਭਮਾਰ ਹੈ ਤਾਂ ਤੁਹਾਨੂੰ ਤੇਲੇ ਵਗੈਰੇ ਦੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ ਫਿਰ ਇਹ ਆਟੋਮੈਟਿਕਲੀ ਤੁਹਾਡੇ ਖੇਤਾਂ ਦੇ ਵਿੱਚੋਂ ਇਹਨੂੰ ਤੇਲੇ ਵਗੈਰੇ ਨੂੰ ਕੰਟਰੋਲ ਕਰ ਲੂਗਾ ਬਟ ਜੇ ਇਹ ਤੁਹਾਨੂੰ ਥੋੜੇ ਦੇਖ ਰਹੇ ਆ ਤਾਂ ਤੇਲਾ ਬਹੁਤ ਜ਼ਿਆਦਾ ਹੈ ਤਾਂ ਫਿਰ ਇਹਨਾਂ ਕੋਈ ਕੰਟਰੋਲ ਨਹੀਂ ਹੋਣਾ ਕਿਉਂਕਿ ਇਹ ਇੱਕ ਦੇਣ ਵਿੱਚ 30 ਤੋਂ 40 ਜਿਹੜੇ ਤੇਲੇ ਦੇ ਆਂਡੇ ਜਾਂ ਬੱਚੇ ਜਾਂ ਉਹਦੇ ਲਾਰਵਾ ਇਹ ਖਾ ਸਕਦਾ ਇੰਨੀ ਇਹਨਾਂ ਦੀ ਸਮਰੱਥਾ ਹੈ ਲੇਡੀ ਬਰਡ ਬੀਟਲ ਦੀ ਫੋਟੋ ਮੈਂ ਤੁਹਾਨੂੰ ਨਾਲ ਸਕਰੀਨ ਤੇ ਦੇ ਦੂੰਗਾ ਕਿ ਇਹਦੀ ਪਛਾਣ ਆਪਾਂ ਕਿਵੇਂ ਕਰਨੀ ਆ ਇਹ ਮਿੱਤਰ ਜੀਵਾਂ ਚ ਆਉਂਦੀ ਹੈ ਜੀ ਇਹ ਆਪਣੇ ਦੁਸ਼ ਤਾਂ ਗ੍ਰੀਨ ਲੈਵਲ ਪੈਸਟੀਸਾਈਡ ਕਰਨ ਦਾ ਇੱਕ ਮੁੱਖ ਤੌਰ ਤੇ ਹੈ ਕਿ ਉਹਨੇ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਇਹ ਹੈਗੀਆਂ ਜੀ ਇਹਨਾਂ ਚੀਜ਼ਾਂ ਨੂੰ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਫਸਲ ਨੂੰ ਜਿਹੜੇ ਹਾਨੀਕਾਰਕ ਜੀਵ ਹੈ ਜਿਹੜੇ ਮਤਲਬ ਸ਼ਾਕਾਹਾਰੀ ਕੀਟ ਹੈ ਜੀ ਇਹ ਜਿਹੜੇ ਕੈਟਾਗਰੀ ਹੈ ਮਾਸਾਹਾਰੀ ਕੀਟਾਂ ਦੀ ਹੁੰਦੀ ਹੈ ਜਿਹੜੇ ਮਾਸ ਨੂੰ ਖਾ ਕੇ ਜਿੰਦਾ ਰਹਿੰਦੇ ਨੇ ਤੇ ਇਹ ਵਾਲੀ ਕੈਟਾਗਰੀ ਜਿਹੜੀ ਤੇਲਾਤੂਲਾ ਹੋ ਗਿਆ ਜੀ ਇਹ ਸ਼ਾਕਾਹਾਰੀ ਕੀਟ ਹੁੰਦੇ ਆ ਜੀ ਉਹਨੇ ਸਿਰਫ ਸ਼ਾਕਾਹਾਰੀ ਕੀਟਾਂ ਤੇ ਆਪਣਾ ਅਸਰ ਵਿਖਾਉਣਾ ਹੈ ਜੀ ਮਾਸਾਹਾਰੀ ਕੀਟਾਂ ਨੂੰ ਕੋਈ ਨੁਕਸਾਨ ਨਹੀਂ ਕਰਦੀ ਜਿੰਨਾ ਕਰਕੇ ਆਪਣੇ ਮਿੱਤਰ ਕੀੜਿਆਂ ਦਾ ਨੁਕਸਾਨ ਨਹੀਂ ਹੁੰਦਾ ਪਰ ਜਿਹੜੇ ਆਪਣੇ ਦੁਸ਼ਮਣ ਕਹਿ ਲੋ ਹਾਨੀ ਕਰ ਕੀੜੇ ਦਾ ਦੁਸ਼ਮਣ ਕੀੜੇ ਕਿਹੜੇ ਫਸਲ ਦਾ ਰਸ ਚੂਸਦੇ ਨੇ ਪੱਤੇ ਖਾਂਦੇ ਨੇ ਤਾਂ ਉਹ ਖਤਮ ਹੋ ਜਾਂਦੇ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਗ੍ਰੀਨ ਲੈਵਲ ਕੈਟਾਗਰੀ ਚ ਸਪਰੇਅ ਕਰੋ ਤੁਹਾਨੂੰ ਬਹੁਤ ਵਧੀਆ ਇਧਰ ਰਿਜ਼ਲਟ ਮਿਲਣਗੇ